ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਰੀਦਕੋਟ ਵਿਖੇ ਬਾਬਾ ਫਰੀਦ ਜੀ ਦੇ 850 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਕੱਢਿਆ ਗਿਆ, ਜਿਸ ਵਿੱਚ ਦੂਰੋਂ ਦੂਰੋਂ ਸੰਗਤ ਨੇ ਆ ਕਰਕੇ ਹਾਜ਼ਰੀ ਭਰੀ ਅਤੇ ਇਹ ਨਗਰ ਕੀਰਤਨ ਟਿੱਲਾ ਬਾਬਾ ਫਰੀਦ ਤੋਂ ਚੱਲ ਕੇ ਗੁਰਦੁਆਰਾ ਗੋਦੜੀ ਸਾਹਿਬ ਜਾ ਕੇ ਸਮਾਪਤ ਹੋਇਆ। ਇਹ ਨਗਰ ਕੀਰਤਨ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਅਤੇ ਸਮੂਹ ਕਮੇਟੀਆਂ ਦੇ ਸਹਿਯੋਗ ਨਾਲ ਸੰਪੰਨ ਹੋਇਆ। ਆਓ ਆਪਾਂ ਇਸ ਨਗਰ ਕੀਰਤਨ ਦੀਆਂ ਕੁਝ ਝਲਕੀਆਂ ਦੇ ਦਰਸ਼ਨ ਕਰਕੇ ਆਨੰਦ ਮਾਣਦੇ ਹਾਂ। ਜਿਸ ਤਰ੍ਹਾਂ ਦੀ ਵੀ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਟਿੱਲਾ ਬਾਬਾ ਫਰੀਦ ਜਿਸਦੀਆਂ ਬੜੀਆਂ ਸੰਸਥਾਵਾਂ ਤੁਹਾਨੂੰ ਦਿੱਤੀਆਂ, ਤੁਹਾਡੇ ਜਿਹੜੇ ਫਰੀਦਕੋਟ ਦੇ ਵਿੱਚ ਨਾਮ ਹੈ ਭਲੇ ਵਾਸਤੇ ਹੈ। ਸੋ ਸਾਡੇ MLA ਸਾਹਿਬ ਵੀ ਇਲਾਕੇ ਦੇ ਬੈਠੇ ਹਨ, ਸੇਖੋਂ ਸਾਹਿਬ ਸਾਡੇ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਉਹ ਹਰ ਵੇਲੇ ਤਤਪਰ ਰਹਿੰਦੇ ਹਨ। ਸੋ ਸਾਰਿਆਂ ਦਾ ਉਹਨਾਂ ਦਾ ਵੀ ਧੰਨਵਾਦ, ਹੋਰ ਸੰਗਤਾਂ ਦਾ ਵੀ ਧੰਨਵਾਦ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਟਿੱਲਾ ਬਾਬਾ ਫਰੀਦ ਤੋਂ, ਜੋ ਅਲੌਕਿਕ ਨਗਰ ਕੀਰਤਨ ਬਾਬਾ ਫਰੀਦ ਜੀ ਦੇ ਆਗਮ ਪੁਰਬ ਦੇ ਸੰਬੰਧ ਵਿੱਚ ਨਿਕਲ ਸਟਾਰਟ ਹੋ ਰਿਹਾ, ਆਰੰਭ ਹੋ ਰਿਹਾ। ਇਸ ਨਗਰ ਕੀਰਤਨ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ। ਬੇਨਤੀ ਹੈ ਵੀ ਅੱਜ ਦੇ ਦਿਨ ਜਿਹੜਾ ਇਹ ਨਗਰ ਕੀਰਤਨ ਹੈ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ, ਤਾਂ ਜੋ ਬਾਬਾ ਫਰੀਦ ਜੀ ਦੇ ਦਰਸ਼ਨ ਆਲ ਵਰਲਡ ਦੇ ਵਿੱਚ ਸੰਗਤ ਕਰ ਸਕੇ। ਸਾਰਾ ਨਗਰ ਕੀਰਤਨ ਜਿਹੜਾ ਇਹ ਲਾਈਵ ਚੱਲਣਾ। ਬੇਨਤੀ ਹੈ ਵੀ ਇਹ ਟਿੱਲਾ ਬਾਬਾ ਫਰੀਦ ਤੋਂ ਆਰੰਭ ਹੋ ਕੇ
गुरद्वारा गोदड़ी साहब विखे समाप्ति होगी। उन्ना टाइम ये जो नगर कीर्तन लाइव सी के पंजाब यूट्यूब चलना, इस चैनल में सबसक्राइब तो शेयर जरूर करो ता जो इस अलौकिक नगर कीर्तन के संगत दर्शन कर सके। वो तो शेयर करो। बहुत धन्यवाद। वाहेगुरु जी का खालसा, वाहेगुरू जी की फतेह। बड़ा ठट्ठा मारदा कट्ठ तुसीं दर्शन कर सकदे हो। देखो नाल दी नाल लंगर लंगर सेवा दे लंगर टुट लंगर वरतदे हुए देख रहे हो। देखो बाबा फरीद आगमन पुरब से जी प्रथा चली आ रही है सालों तो, इस पर सानू सारे बहुत खुशी है। जिहड़ा विशाल नगर कीर्तन अज ये आयोजित किया जा रहा है तो सानू इस गल का बड़ा माण है कि असी इस भव्य बहुत विशाल जिहड़ा ये नगर आयोजन कीर्तन निकल रहा है उसका हिस्सा बनन जा रहे हैं। परमात्मा के दर्शन हो रहे हैं, असं बड़े खुश हाँ, उत्साहित हाँ, सानू बड़ा माण है इस गल का। बहुत धन्यवाद। असं चाहते हैं फरीदकोट च शांति बनी रहे और बहुत ही प्यार ना सारे जिम्मे भाग ले रहे हैं, इदा ही भाग लेंदे रहे। बहुत धन्यवाद। बधाई होवे जी, बड़े परमात्मा ने मेहर की है। एक बदल पाई हैगी है, मौसम बड़ा सोहना है, सारे जाने असं आगमनपुर बहुत खुशी के नाल मना रहे हैं। असं भी लाइन्स का फरीदकोट वालों लंगर लाया हुआ है तो असं मौजा कर रहे हैं। बाबा जी का जन्म बहुत खुशियां के नाल मना रहे हैं, आनंद माणते पए हैं। Oh,
Thank you.
लाइव तस्वीर देख रहे हो तुसीं सीके पंजाब यूट्यूब चैनल दे इस चैनल नू सबसक्राइब करो नाल इस लिंक नू शेयर जरूर करो तां जो धन धन बाबा शेख बीर जी दे आगमपुर दियां वधाइयां है नाल जिहड़ा नगर कीर्तन कढ़िया गया उह दियां तस्वीर सारे वल दे विच शेयर हो जाण। तुसीं देख रहे हो संगत जिहड़ा नतमस्तक दे लई उड़ीकदियां होईयां पालकी साहब नू मत्था टेकण दे लई उड़ीकदियां होईयां ਵੱਡਾ ਇਕੱਠ ਠਾਠਾ ਮਾਰਦਾ ਇਕੱਠ ਥਾਂ ਥਾਂ ਲੰਗਰ ਲੱਗੇ ਹੋਏ ਆ ਨਾਲ ਹੀ ਫੁੱਲਾਂ ਦੀ ਵਰਖਾ ਦੇ ਲਈ ਉਹ ਉਡੀਕਦੇ ਪਏ ਆ ਪਾਲਕੀ ਸਾਹਿਬ ਨੂੰ ਅਤੇ ਤੁਸੀਂ ਦੇਖ ਰਹੇ ਹੋ ਰਾਜ ਤਸਵੀਰਾਂ ਇਹ ਜਿਹੜਾ ਸਮਾਪਤੀ ਹੈ ਇਸ ਨਗਰ ਕੀਰਤਨ ਦੀ ਗੁਰਦੁਆਰਾ ਗੋਲਡੀ ਸਾਹਿਬ ਵਿਖੇ ਜਾ ਕੇ ਹੋਣੀ ਆ ਜੁੜੇ ਰਹੋ ਸੀ ਕੇ ਪੰਜਾਬ ਯੂਟਿਊਬ ਚੈਨਲ ਦੇ ਨਾਲ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਨਗਰ ਕੀਰਤਨ ਬਾਬਾ ਫਰੀਦ ਦੀ ਮਿਹਰ ਸਾਰੀ ਦੁਨੀਆ 'ਤੇ ਵੱਸ ਸਕੇ ਸਾਰੀ ਦੁਨੀਆ ਇਸ ਮਹਾਨ ਅਲੌਕਿਕ ਨਗਰ ਕੀਰਤਨ ਦੇ ਦਰਸ਼ਨ ਕਰ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਸੀ ਕੇ ਪੰਜਾਬ ਯੂਟਿਊਬ ਚੈਨਲ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਬਾਬਾ ਫਰੀਦ ਦੀ ਮਿਹਰ ਰਹਿਮਤ ਸਭ 'ਤੇ ਸਭ ਤੱਕ ਪਹੁੰਚ ਸਕੇ। ਤੁਸੀਂ ਜਿਹੜਾ ਅਲੌਕਿਕ ਨਗਰ ਕੀਰਤਨ ਬਾਬਾ ਫਰੀਦ ਜੀ ਦੇ ਆਗਮਪੁਰ ਨੂੰ ਸਮਰਪਿਤ ਰਸਤੇ ਦੇ ਹਾਫ ਤਕਰੀਬਨ ਪਿੰਡ ਤੈਅ ਕਰ ਚੁੱਕਿਆ ਥਾਣਾ ਸਦਰ ਫਰੀਦਕੋਟ ਵਿਖੇ ਪਹੁੰਚ ਚੁੱਕਿਆ ਠਾਠਾ ਮਾਰਦਾ ਇਕੱਠ ਤੁਸੀਂ ਦੇਖ ਰਹੇ ਹੋ ਨਾਲ ਹੀ ਸੇਵਾਦਾਰਾਂ ਵੱਲੋਂ ਲੰਗਰ ਦੀ ਸੇਵਾ ਥਾਂ ਥਾਂ ਲੰਗਰ ਲੱਗੇ ਹੋਏ ਨੇ ਅਨੇਕਾਂ ਪ੍ਰਕਾਰਾਂ ਦੇ ਲੰਗਰ ਲੱਗੇ ਹੋਏ ਆ ਰੱਬ ਦੀ ਵੀ ਬੜੀ ਮਿਹਰ ਆ ਸੁਬਾਹ ਬਾਰਿਸ਼ ਹੋਈ ਸੀ ਉਹਦੇ ਕਰਕੇ ਥੋੜ੍ਹਾ ਨਗਰ ਕੀਰਤਨ ਲੇਟ ਜ਼ਰੂਰ ਹੋਇਆ ਪਰ ਹੁਣ ਠੰਡ ਦੇ ਬਾਵਜੂਦ ਇਕੱਠ ਬਹੁਤ ਜ਼ਿਆਦਾ ਹੋ ਚੁੱਕਿਆ ਠਾਠਾ ਮਾਰਦਾ ਤੁਸੀਂ ਦੇਖ ਰਹੇ ਹੋ ਜਿਹੜਾ ਠਾਠਾ ਮਾਰਦਾ ਇਕੱਠ ਲਗਾਤਾਰ ਪਾਲਕੀ ਸਾਹਿਬ ਦੇ ਨਗਰ ਕੀਰਤਨ ਦੇ ਨਾਲ ਜੁੜਿਆ ਹੋਇਆ ਹੈਗਾ ਸਮੂਹ ਸੰਗਤਾਂ ਨੂੰ ਬਾਬਾ ਫਰੀਦ ਜੀ ਦੇ ਆਪਣੀਆਂ ਲੱਖ ਲੱਖ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਪੰਗਤਾਂ ਦੇ ਵਿੱਚ ਲੰਗਰ ਵਰਤਾਇਆ ਜਾ ਰਿਹਾ ਲੈਣਾ ਦੇ ਵਿੱਚ ਲੰਗਰ ਵਰਤਾਇਆ ਜਾ ਰਿਹਾ ਬ੍ਰਿਡਾਂ ਦਾ ਲੰਗਰ ਜਿਹੜਾ ਸਮੂਹ ਨਰੇਗਾ ਸਟਾਫ ਫਰੀਦਕੋਟ ਵੱਲੋਂ ਲਗਾਇਆ ਗਿਆ ਬਹੁਤ ਧੰਨਵਾਦ ਸਮੁੱਚੀ ਟੀਮ ਦਾ। ਹੋਰ ਵੀ ਲੰਗਰ ਬਹੁਤ ਪ੍ਰਕਾਰ ਦੇ ਤੁਹਾਨੂੰ ਦਿਖਾਵਾਂਗੇ ਅੱਗੇ ਕਰ ਚੁੱਕਿਆ ਸੰਗਤਾਂ ਵੱਲੋਂ ਬੜਾ ਭਰਮਾ ਸਵਾਗਤ ਹੋ ਰਿਹਾ ਬੜੇ ਲੰਗਰ ਲੰਗਰ ਲੱਗੇ ਹੋਏ ਨੇ ਥਾਂ ਥਾਂ ਦੇ ਲੰਗਰ ਲੱਗੇ ਹੋਏ ਨੇ ਕਿਸੇ ਪ੍ਰਕਾਰ ਦੀ ਕੋਈ ਘਾਟ ਬਾਬੇ ਫਰੀਦ ਦੀ ਪੂਰੀ ਮਿਹਰ ਰਹੀ ਹੈ ਤੁਸੀਂ ਦੇਖ ਰਹੇ ਹੋ ਨਗਰ
I'm not the
अज के इस पावन पर्व के मौके पर मैं बाबा फरीद लॉ कॉलेज के समूह स्टाफ वालों विद्यार्थियों वालों जो है ना सब अलग अलग बधाइया देना चाहता है तो सब जो है ना चढ़ती कलाएं रहन तो बाबा दी जी की कृपा जो है ना सब से बनी रहे मेरे यही जो है ना आस है तो यही मेरी जो है ना अरदास है। धन्यवाद। अमृत पीओ सदा तेरे अमृत पीओ सदा तेरे Oh,
ਪ੍ਰਕਿਰਤੀ ਹੋ ਸਦਾ ਤੇਰੇ ਦੀ ਅੰਮ੍ਰਿਤ ਪੀ ਹੋ ਸਦਾ ਤੇਰੇ ਦੀ लंगर चल रहा है, 21वां लंगर है। यह लंगर है जिहड़ा परम पूजनीय सत्कारयोग वैकुंठ वासी संत बाबा करनैल दास जी की अपार कृपा के नाल बाबा जी परम पूजनीय सत्कारयोग संत बाबा महेंद्र दास जी की अगवाई दे हेठ चल रहा है। यह 21वां लंगर है। इस दे विच साडियां विवेक संगतां दूरों दूरों जिहड़ियां देश विदेश दे विच रहिंदियां है सारियां वह हिस्सा पाउंदियां है ते सारे सेवादार वध चढ़ के इस लंगर दे विच सेवा निभाउंदे आ। इह 21वां लंगर आ, हर साल तेज ताज पैलस दे विच लगदा ते असी इह ताज पैलस वाले जिहड़े रिक्की साहब है उन्हां दा वी बहुत बहुत धन्नवाद करदे आ, हर साल सानूं इस स्थान दिंदे आ। सो सारियां संगतां नूं बेनती है कि भाई इह समां जिहड़ा बहुत भागां दे नाल मिलदा है। बाबा शेख फरीद जी ने साडी इस नगरी ते बड़ी अपार कृपा कीती है। जिंदे भी इस इलाके के रहन वाले गुरमुख प्यारे आ फरीदकोट नगर दे आ उन्हां दा बहुत वड्डा भाग है। कित्थों कित्थों चल के संगतां जिहड़ियां इत्थे साडे नगर दे विच इलाके दे विच आउंदियां शहर विच आउंदियां साडा फर्ज बणदा है उन्हां आए हुए गुरमुख प्यारिआं सज्जणां दा वध तों वध उन्हां दी सेवा करिआ करिए, उन्हां दा सत्कार करिआ करिए, उन्हां नूं जी आयां आख्या करिए। ते कनेडा दे विच रहन वाले साडे परमयोग सत्कारयोग बाबा प्रदमन सिंह जी गिल साहब उन्हां दा भी इस लंगर दे विच बहुत वड्डा योगदान है। बाकी कोटकपुरे की संगत तो आ बाबू जी है ते होर साडे बागे पुराने तो संगत है मचाकी मल सिंह तो होर भी जिन्हें भी जो असी नाल रह गए जिहड़े गुरु प्यारिआं दे माफ़ी चाहुंदे आ सारी विवेक संगत देश विदेश दे विच जिथे भी रह रही है सारिआं दा बहुत सहयोग है। असी सारिआं दा बहुत बहुत धन्नवाद करदे आ। अगे तो होर भी वध चढ़ के सेवा करन दी कोशिश करांगे। आई हुई संगत दा भाई बहुत बहुत धन्नवाद है। जी आया जी आया। वाहिगुरु जी का खालसा वाहिगुरु जी की फतेह।
संत संग